ਗੁਰਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਸੀਸ ਮਹਿਲ ਸਾਹਿਬ ਵਿਖੇ ਪਰਸੋਂ ਰੋਡ ਤੋਂ ਲੈ ਕੇ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅਕਾਲੀ ਤੁਰਕੀ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਭੋਗ ਪਾਏ ਗਏ। 11 ਸ੍ਰੀ ਅਖੰਡ ਪਾਠ ਸਾਹਿਬ ਜਿਨ੍ਹਾਂ ਦੀ ਪਰਸੋਂ ਸੰਪੂਰਨਤਾ ਹੋਈ, ਔਰ 11 ਸ੍ਰੀ ਅਖੰਡ ਪਾਠ ਸਾਹਿਬਾਂ ਦੀ ਅੱਜ ਸੰਪੂਰਨਤਾ ਹੋਈ ਹੈ। ਆਪ ਜੀ ਨੇ ਅਰਦਾਸ ਵਿੱਚ ਹਾਜ਼ਰੀ ਭਰੀ ਹੈ, ਉਪਰੰਤ ਸਤਿਗੁਰੂ ਜੀ ਦੇ ਸ੍ਰੀ ਮੁਖਵਾਕ ਸਰਵਣ ਕੀਤੇ ਹਨ। ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਆਰ ਸਗਲਾ ਬਨ ਹਰਾ, ਹਰ ਹਰਾ ਸਵਾਮੀ ਸੁਖ ਹੈ ਗਾਮੀ, ਸਗਲ ਆਨੰਦ ਰਸ ਘਣਾ, ਨਵਲ ਨਵਤਨ ਨਾਹੋਂ ਬਾਲਾ ਕਵਨ ਰਸਨਾ ਗੁਣ ਭਣਾ, ਮੇਰੀ ਸੇਜ ਸੋਹੀ ਦੇਖ ਮੋਹੀ, ਸਗਲ ਸਹਿਸਾ ਦੁੱਖ ਹਰਾ, ਨਾਨਕ ਪਯੰਪੈ ਮੇਰੀ ਆਸ ਪੂਰੀ, ਹਰ ਮਿਲੇ ਸਵਾਮੀ ਅਪਰੰਪਰਾ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਸਾਡੇ ਉੱਤੇ ਰਹਿਮਤਾਂ ਕੀਤੀਆਂ ਹਨ। ਸਮਾਂ ਬਹੁਤ ਸੰਖੇਪ ਹੈ, ਔਰ ਸਤਿਗੁਰੂ ਜੀ ਦੇ ਸ੍ਰੀ ਮੁਖਵਾਕ ਦੀ ਕਥਾ ਵੀ ਆਪ ਜੀ ਦੇ ਨਾਲ ਵਿਚਾਰ ਦੇ ਰੂਪ ਦੇ ਵਿੱਚ ਆਏ, ਸ੍ਰੀ ਮੁਖਵਾਕ ਦੀ ਕਥਾ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਕਰਨੀ ਹੈ। 1713 ਸੰਮਤ ਵਿੱਚ 1656 ਈਸਵੀ ਸਾਵਣ ਬਦੀ 9ਵੇਂ ਦਿਨ ਵੀਰਵਾਰ 14 ਜੁਲਾਈ ਨੂੰ ਇਸ ਪਰਮ ਪਵਿੱਤਰ ਅਸਥਾਨ 'ਤੇ, ਭਾਵੇਂ ਕਿ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਉਹ ਮਹਾਨ ਪਵਿੱਤਰ ਧਰਤੀ ਹੈ, ਜਿਸ ਧਰਤੀ ਨੂੰ 6 ਸਤਿਗੁਰੂ ਸਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਉੱਤੇ ਆਪਣੇ ਪਾਵਨ ਪਵਿੱਤਰ ਚਰਨ ਪਾਏ। ਉਸ ਤੋਂ ਉਪਰੰਤ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਚਰਨ ਪਾਏ, ਔਰ ਜਿਸ ਅਸਥਾਨ 'ਤੇ ਆਪ ਸੰਗਤਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦੀਦਾਰ ਦਰਸ਼ਨ ਕਰ ਰਹੇ ਹੋ, ਇਸ ਅਸਥਾਨ 'ਤੇ ਸਤਿਗੁਰੂ ਜੀ ਨੇ ਆਪਣਾ ਨਿਵਾਸ ਰੱਖਿਆ, ਔਰ 7ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ, ਔਰ 8ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਇਸੇ ਅਸਥਾਨ 'ਤੇ ਅੱਜ ਦੇ ਦਿਹਾੜਿਆਂ 'ਤੇ ਹੋਇਆ।
ਔਰ ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਦਸਮ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਪਾਵਨ ਧਰਤੀ ਦੇ ਕਣ ਕਣ ਨੂੰ ਆਪਣੀ ਚਰਨ ਛੋਹ ਬਖਸ਼ਿਸ਼ ਕਰਕੇ ਪਵਿੱਤਰ ਕੀਤਾ ਹੈ। ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਹਉ ਕੁਰਬਾਣੀ ਤਿਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ। ਇਹ ਸਤਿਗੁਰੂ ਦਾ ਗੁਰਪੁਰਬ ਹੈ, ਪਵਿੱਤਰ ਤੋਂ ਪਵਿੱਤਰ ਦਿਹਾੜਾ ਹੈ। ਜਦੋਂ ਸਤਿਗੁਰੂ ਦੇ ਗੁਰਪੁਰਬ ਆਉਂਦੇ ਹੈ, ਗੁਰਸਿੱਖ ਬੜੀ ਸ਼ਰਧਾ ਭਾਵਨਾ ਦੇ ਨਾਲ ਆਪਣੇ ਸਤਿਗੁਰੂ ਦੇ ਗੁਰਪੁਰਬਾਂ ਨੂੰ ਮਨਾਉਂਦੇ ਹਨ। ਸੋ ਸਾਧ ਸੰਗਤ ਜੀ, ਪੁਰਾਤਨ ਗ੍ਰੰਥਾਂ ਦੇ ਅੰਦਰ, ਧਾਰਮਿਕ ਗ੍ਰੰਥਾਂ ਦੇ ਅੰਦਰ ਬੜਾ ਸੁੰਦਰ ਜ਼ਿਕਰ ਕੀਤਾ ਗਿਆ ਹੈ, ਅਵਤਾਰ ਰਖਤੀ ਅਵਤਾਰਾ। ਅਵਤਾਰ ਕਿਸ ਨੂੰ ਕਿਹਾ ਜਾਂਦਾ ਹੈ? ਜੋ ਦੁੱਖਾਂ ਅਤੇ ਬਿਪਤਾ ਦੇ ਵਿੱਚ ਫਸੀ ਹੋਈ ਲੁਕਾਈ ਦੀ ਆ ਕੇ ਰੱਖਿਆ ਕਰੇ, ਦੁੱਖਾਂ ਅਤੇ ਸੰਕਟਾਂ ਵਿੱਚ ਫਸੀ ਹੋਈ ਲੁਕਾਈ ਦੀ ਰੱਖਿਆ ਕਰੇ, ਉਸ ਨੂੰ ਅਵਤਾਰ ਕਿਹਾ ਜਾਂਦਾ ਹੈ। ਔਰ ਦਸ ਸਤਿਗੁਰੂ ਸਾਹਿਬਾਨ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰਗੁਣ ਅਵਤਾਰ ਇਸ ਮਾਤ ਲੋਕ ਤੇ ਆਏ, ਜਿਨ੍ਹਾਂ ਨੇ ਮਹਾਨ ਸਾਡੇ ਉੱਤੇ ਰਹਿਮਤਾਂ ਅਤੇ ਬਖਸ਼ਿਸ਼ਾਂ ਕਰਕੇ ਇਸ ਗੁਰਸਿੱਖੀ ਪੰਥ ਦੀ, ਖਾਲਸਾ ਪੰਥ ਦੀ ਬੁਨਿਆਦ ਰੱਖੀ। ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ, ਸੱਤਵੇਂ ਪਾਤਸ਼ਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਦੇ ਗ੍ਰਹਿ ਵਿਖੇ ਧੰਨ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਅੱਜ ਦੇ ਦਿਹਾੜਿਆਂ 'ਤੇ ਹੋਇਆ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਐਸਾ ਨਿਰਾਲਾ ਔਰ ਵਿਲੱਖਣ ਜੀਵਨ ਹੈ, ਐਸੇ ਮਹਾਨ ਸਤਿਗੁਰੂ ਜੀ ਦੇ ਕੌਤਕ ਹਨ। ਜਦੋਂ ਇੱਕ ਇੱਕ ਕੌਤਕ ਉੱਤੇ ਆਪਾਂ ਉਹਨਾਂ ਦੀ ਵਿਚਾਰ ਕਰਦੇ ਹਾਂ ਤਾਂ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ, ਸਿਦਕ ਦੇ ਨਾਲ ਸਾਡਾ ਹਿਰਦਾ, ਸਾਡਾ ਸੀਸ ਆਪ ਮੁਹਾਰੇ ਸਤਿਗੁਰੂ ਦੇ ਚਰਨਾਂ 'ਤੇ ਨਤਮਸਤਕ ਹੋ ਉੱਠਦਾ ਹੈ। ਕਾਬਲ ਵਿੱਚੋਂ ਸੰਗਤ ਆਈ, ਧੰਨ ਗੁਰੂ ਹਰਿਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਸੰਗਤ ਨੇ ਬੇਨਤੀ ਕੀਤੀ, ਸਤਿਗੁਰੂ ਜੀ ਅਸੀਂ ਬੜੇ ਦੂਰ ਦੁਰਾਡੇ ਤੋਂ ਦੂਰੋਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਹਾਂ, ਮਹਾਰਾਜ ਬੜੇ ਲੰਮੇ ਸਮੇਂ ਬਾਅਦ ਆਪ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਮਿਲਦਾ ਹੈ। ਸਾਡੀ ਬੇਨਤੀ ਹੈ ਕਿ ਮਹਾਰਾਜ ਆਪ ਜੀ ਤੋਂ ਬਾਅਦ ਕਿਹਨਾਂ ਨੂੰ ਤੁਸੀਂ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰੋਗੇ, ਤਾਂ ਕਿ ਸਾਡੇ ਮਨ ਵਿੱਚ ਆਪ ਜੀ ਤੋਂ ਉਪਰੰਤ ਵੀ ਉਹਨਾਂ ਉੱਤੇ ਉਹੀ ਜੋਤ, ਉਹੀ ਸਰੂਪ, ਉਸੇ ਸਤਿਗੁਰੂ ਦਾ ਮਨ ਵਿੱਚ ਭਾਵਨਾ, ਸਨਮਾਨ, ਸਤਿਕਾਰ ਬਣਿਆ ਰਹੇ, ਅਸੀਂ ਆਪਣੀ ਭਾਵਨਾ ਬਣਾ ਕੇ ਰੱਖੀਏ। ਤਾਂ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੰਗਤ ਵਿੱਚੋਂ ਚੋਣਵੇਂ ਗੁਰਸਿੱਖ ਨੂੰ ਬੁਲਾਇਆ ਔਰ ਬੁਲਾ ਕੇ ਆਪਣੇ ਕੋਲੋਂ ਇੱਕ ਸੂਈ ਦਿੱਤੀ। ਸਤਿਗੁਰੂ ਮਹਾਰਾਜ ਜੀ ਨੇ ਕਹਿਣ ਲੱਗੇ, ਸਾਡੇ ਦੋ ਸਾਹਿਬਜ਼ਾਦੇ ਹਨ, ਵੱਡੇ ਰਾਮ ਰਾਏ ਔਰ ਛੋਟੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ, ਦੋਨੋਂ ਇਸ ਵਕਤ ਪੰਜ ਗ੍ਰੰਥੀ ਪੋਥੀ ਤੋਂ ਆਪੋ ਆਪਣੀ ਥਾਂ 'ਤੇ ਬੈਠ ਕੇ ਨਿਤਨੇਮ ਕਰ ਰਹੇ ਹੈ।
ਔਰ ਇਹ ਖੰਦੂਈ ਇਹ ਸੂਈ ਲੈ ਕੇ ਜਾ, ਜੇਕਰ ਇਹ ਸੂਈ ਜਿਸ ਦੇ ਪਾਵੇ ਦੇ ਅੰਦਰ ਪ੍ਰਵੇਸ਼ ਹੋ ਗਈ ਤਾਂ ਸਮਝ ਲਿਓ ਕਿ ਉਹਨਾਂ ਨੂੰ ਅੱਗੇ ਗੁਰਤਾ ਗੱਦੀ ਦਾ ਇਹ ਮਹਾਨ ਤਖ਼ਤ ਪ੍ਰਾਪਤ ਹੋਏਗਾ। ਸਿੱਖ ਸ਼ਰਧਾ ਭਾਵਨਾ ਦੇ ਨਾਲ ਆਇਆ, ਜਿਸ ਕੋਠੜੀ ਵਿੱਚ ਰਾਮ ਰਾਏ ਜੀ ਪੰਜ ਗ੍ਰੰਥੀ ਦਾ ਨਿਤਨੇਮ ਕਰ ਰਹੇ ਸਨ, ਪਾਠ ਕਰ ਰਹੇ ਸਨ, ਜਿਸ ਮੰਜੀ ਉੱਤੇ ਬੈਠ ਕੇ ਪਾਠ ਕਰ ਰਹੇ ਸਨ, ਸਿੱਖ ਨੇ ਉਹ ਸੂਈ ਪਾਵੇ ਵਿੱਚ ਖੰਭੋਣ ਦਾ ਯਤਨ ਕੀਤਾ ਪਰ ਸੂਈ ਵਿੱਚ ਨਾ ਗਈ, ਸੂਈ ਵਾਪਸ ਮੁੜ ਗਈ। ਸਿੱਖ ਹੌਲੀ ਦੇਣੇ ਉੱਠਿਆ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜਿੱਥੇ ਆਪ ਬੜੇ ਪ੍ਰੇਮ ਵਿੱਚ ਭਿੱਜ ਕੇ ਗੁਰਬਾਣੀ ਦਾ ਨਿਤਨੇਮ ਕਰ ਰਹੇ ਸਨ ਉੱਥੇ ਆਇਆ ਔਰ ਬੜੇ ਅਦਬ ਨਾਲ ਬੈਠ ਕੇ ਸਿੱਖ ਨੇ ਜਦੋਂ ਗੁਰਬਾਣੀ ਦਾ ਨਿਤਨੇਮ ਸੁਣਿਆ ਤਾਂ ਸਿੱਖ ਦਾ ਮਨ ਇੱਕਦਮ ਬਾਣੀ ਦੇ ਵਿੱਚ ਜੁੜ ਗਿਆ ਔਰ ਸੁਰਤ ਨਿਰਮਲ ਹੋ ਗਈ। ਨਾਮ ਦਾ ਰਸ, ਗੁਰਬਾਣੀ ਦਾ ਰਸ ਸਿੱਖ ਨੂੰ ਆਪ ਮੁਹਾਰੇ ਆਉਣ ਲੱਗ ਪਿਆ, ਮਨ ਇਕਾਗਰ ਹੋ ਗਿਆ। ਉਸੇ ਵਕਤ ਸਿੱਖ ਨੇ ਸੂਈ ਸਤਿਗੁਰੂ ਜੀ ਦੇ ਪਾਵੇ ਵਿੱਚ ਖੰਭੋਈ। ਜਿਵੇਂ ਮੋਮ ਹੁੰਦਾ, ਇਸ ਤਰ੍ਹਾਂ ਲੱਕੜ ਮੋਮ ਦਾ ਰੂਪ ਧਾਰਨ ਕਰ ਚੁੱਕੀ ਸੀ, ਸੂਕੇ ਕਾਸ਼ਤ ਹਰਿਆ ਵਾਲੀ ਅਵਸਥਾ ਬਣ ਚੁੱਕੀ ਸੀ, ਸੂਈ ਸਾਰੀ ਮੋਮ ਦੀ ਤਰ੍ਹਾਂ ਪਾਵੇ ਦੇ ਵਿੱਚ ਪ੍ਰਵੇਸ਼ ਕਰ ਗਈ। ਸਿੱਖ ਨੇ ਸ਼ਰਧਾ ਨਾਲ ਨਮਸਕਾਰ ਕਰਕੇ ਸਤਿਗੁਰੂ ਜੀ ਦੇ ਪਾਸ ਗਿਆ, ਸਾਰਾ ਬਿਰਤਾਂਤ ਦੱਸਿਆ। ਸਤਿਗੁਰੂ ਧੰਨ ਗੁਰੂ ਹਰਰਾਜ ਸਾਹਿਬ ਜੀ ਬਚਨ ਕਰਨ ਲੱਗੇ, ਗੁਰਸਿੱਖਾ ਬਾਣੀ ਪੜ੍ਹਦਿਆਂ ਹੋਇਆ ਜੇ ਸਿੱਖ ਦਾ ਮਨ ਮੋਮ ਵਰਗਾ ਕੋਮਲ ਨਾ ਹੋ ਜਾਏ, ਬਾਣੀ ਪੜ੍ਹਦਿਆਂ ਪੜ੍ਹਦਿਆਂ ਅੰਦਰੋਂ ਵਿਕਾਰਾਂ ਦਾ ਕਠੋਰਪੁਣਾ ਦੂਰ ਨਾ ਹੋ ਜਾਏ ਔਰ ਹਿਰਦਾ ਐਨ ਮੋਮ ਵਰਗਾ ਢਲ ਕੇ ਗੁਰਬਾਣੀ ਦੇ ਆਸ਼ੇ ਅਨੁਸਾਰ ਨਾ ਬਣ ਜਾਏ, ਉਹਨਾਂ ਚਿਰ ਗੁਰਬਾਣੀ ਦਾ ਪੂਰਨ ਰੂਪ ਦੇ ਵਿੱਚ ਸਿੱਖ ਦੇ ਉੱਤੇ ਅਸਲੀ ਅਸਰ ਨਹੀਂ ਪਿਆ ਕਰਦਾ। ਜਿਨ੍ਹਾਂ ਦੇ ਬਾਣੀ ਪੜ੍ਹਨ ਦੇ ਨਾਲ ਇਹ ਲੱਕੜ ਵੀ ਮੂੰਹ ਬਣ ਗਈ, ਉਹਨਾਂ ਦੇ ਉਪਦੇਸ਼ਾਂ ਤੋਂ, ਉਹਨਾਂ ਦੇ ਦਰਸ਼ਨਾਂ ਤੋਂ ਵੱਡੇ ਵੱਡੇ ਕਠੋਰ ਪਾਪੀ ਹਿਰਦੇ ਵੀ ਮੋਮ ਦੀ ਤਰ੍ਹਾਂ ਨਰਮ ਹੋ ਕੇ ਗੁਰਸਿੱਖੀ ਨੂੰ ਧਾਰਨ ਕਰਕੇ ਆਪਣਾ ਜੀਵਨ ਸਫਲ ਕਰਿਆ ਕਰਨਗੇ। ਸਾਧ ਸੰਗਤ ਜੀ, 5 ਸਾਲ ਤੋਂ ਉੱਤੇ ਕੁਝ ਮਹੀਨਿਆਂ ਦੀ ਅਵਸਥਾ ਹੋਈ ਜਦੋਂ 7ਵੇਂ ਪਾਤਸ਼ਾਹ ਜੀ ਨੇ 8ਵੇਂ ਪਾਤਸ਼ਾਹ ਜੀ ਨੂੰ ਇਸੇ ਧਰਤੀ 'ਤੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਇੱਕ ਦਿਨ ਹਜ਼ੂਰ ਪਾਲਕੀ ਦੇ ਵਿੱਚ ਸਵਾਰ ਹੋ ਕੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਤੁਰੇ ਜਾ ਰਹੇ ਸਨ। ਰਸਤੇ ਵਿੱਚ ਇੱਕ ਕੋਹੜੀ ਬ੍ਰਾਹਮਣ ਜਿਸ ਦੇ ਸਰੀਰ ਉੱਤੇ ਕੋਹੜ ਦਾ ਰੋਗ ਹੈ, ਉਹ ਸਤਿਗੁਰਾਂ ਦੇ ਰਸਤੇ ਵਿੱਚ ਲੇਟ ਗਿਆ ਔਰ ਪੁਕਾਰਾਂ ਕਰਨ ਲੱਗ ਪਿਆ, ਅਰਦਾਸਾਂ ਕਰਨ ਲੱਗ ਪਿਆ। ਤਾਂ ਉਸ ਸਮੇਂ ਪਾਲਕੀ ਰੁਕੀ। ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸੇਵਕਾਂ ਨੂੰ ਪੁੱਛਿਆ, ਗੁਰਸਿੱਖਾਂ ਨੂੰ ਪੁੱਛਿਆ ਕਿ ਪਾਲਕੀ ਕਿਉਂ ਰੁਕੀ ਹੈ। ਸਿੱਖਾਂ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਇੱਕ ਕੋਹੜੀ ਬ੍ਰਾਹਮਣ ਰਸਤੇ ਦੇ ਵਿੱਚ ਲੇਟ ਕੇ ਅਰਦਾਸਾਂ ਬੇਨਤੀਆਂ ਕਰਦਾ ਕਿ ਮਹਾਰਾਜ ਮੇਰਾ ਕੋਹੜ ਦਾ ਰੋਗ ਦੂਰ ਕਰੋ, ਮੈਨੂੰ ਕਿਰਪਾ ਕਰਕੇ ਤੰਦਰੁਸਤੀ ਦਾ ਦਾਨ ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਪਾਸ ਬੁਲਾਇਆ। ਇਤਨਾ ਕੋਮਲ ਚਿੱਤ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ,
ਸਤਿਗੁਰੂ ਜੀ ਨੇ ਆਪਣੀ ਹਸਤ ਕਮਲਾਂ ਤੋਂ ਰੁਮਾਲ ਦਿੱਤਾ, ਕਹਿਣ ਲੱਗੇ ਇਸ ਰੁਮਾਲ ਨੂੰ ਜਲ ਵਿੱਚ ਭਿਉਂ ਕੇ, ਜਲ ਇਸ ਰੁਮਾਲ ਦਾ ਜਲ ਇਸ ਰੋਗੀ ਨੂੰ ਛਕਾਇਆ ਜਾਏ ਔਰ ਇਹਦੇ ਸਰੀਰ 'ਤੇ ਸਾਰਾ ਰੁਮਾਲ ਫੇਰਿਆ ਜਾਏ ਔਰ ਇਹ ਨਿਰੋਗਤਾ ਨੂੰ ਪ੍ਰਾਪਤ ਹੋਏਗਾ। ਉਸੇ ਤਰ੍ਹਾਂ ਹੀ ਸੇਵਾਦਾਰਾਂ ਨੇ ਸਤਿਗੁਰੂ ਜੀ ਦਾ ਵਚਨ ਮੰਨ ਕੇ ਇੱਕ ਪਾਸਿਓਂ ਰੁਮਾਲ ਜਲ ਵਿੱਚ ਭਿਉਂ ਕੇ ਉਹ ਅੰਮ੍ਰਿਤ ਜਲ ਛਕਾਇਆ ਔਰ ਉਹ ਰੁਮਾਲ ਸਾਰੇ ਸਰੀਰ 'ਤੇ ਫੇਰਿਆ। ਉਸੇ ਵਕਤ ਰੋਗੀ ਕਾ ਪ੍ਰਭ ਖੰਡੋ ਰੋਗ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹ ਕੋੜੀ ਬ੍ਰਾਹਮਣ ਦਾ ਪੈਰ ਤੋਂ ਲੈ ਕੇ ਸਿਰ ਤੱਕ ਸਾਰਾ ਰੋਗ ਹਜ਼ੂਰ ਨੇ ਆਪਣੀ ਕਿਰਪਾ ਨਾਲ, ਆਪਣੀ ਬਰਕਤ ਨਾਲ, ਆਪਣੀ ਸ਼ਕਤੀ ਨਾਲ ਆਪ ਕਿਰਪਾ ਕਰਕੇ ਦੂਰ ਕਰ ਦਿੱਤਾ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਇਹ ਦਸਮ ਪਿਤਾ ਜੀ ਦੇ ਬਚਨ ਹਨ ਕਿ ਐਸੇ ਦੀਨ ਦਿਆਲੂ ਸਤਿਗੁਰੂ ਸਨ ਜਿਨ੍ਹਾਂ ਦੇ ਦਰਸ਼ਨ ਕਰਨ ਕਰਕੇ ਵੱਡੇ ਵੱਡੇ ਰੋਗੀਆਂ ਦੇ ਰੋਗ ਦੂਰ ਹੋ ਗਏ, ਵੱਡੇ ਵੱਡੇ ਕੁਕਰਮੀ ਦੀਪ ਉਹਨਾਂ ਦੇ ਬਚਨਾਂ ਨੂੰ ਸੁਣ ਕੇ ਆਪਣੇ ਕੁਕਰਮਾਂ ਨੂੰ ਤਿਆਗ ਕੇ ਗੁਰਮੁਖਾਂ ਵਾਲਾ ਉਹਨਾਂ ਨੇ ਆਪਣਾ ਜੀਵਨ ਧਾਰਨ ਕੀਤਾ। ਸਮਾਂ ਨਹੀਂ ਆਗਿਆ ਦਿੰਦਾ ਕਿ ਸਤਿਗੁਰੂ ਜੀ ਦੇ ਕਿੰਨੇ ਕੁ ਕੌਤਕਾਂ ਦੀ ਸਾਂਝ ਪਾਈ ਜਾਏ। ਗੁਰੋਖਰਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਸਤਿਗੁਰੂ ਮਹਾਰਾਜ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਚਰਨ ਪਾਏ, ਛੱਜੂ ਝੀਵਰ ਤੋਂ ਆਪ ਜੀ ਨੇ ਆਪਣੀ ਕਿਰਪਾ ਦਾ ਹੱਥ ਰੱਖ ਕੇ ਮੂਕ ਊਚਰੈ ਸ਼ਾਸਤਰ ਖੱਟ ਬਿੰਗ ਗਿਰਨ ਚੜ੍ਹ ਜਾਏ, ਅੰਧ ਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ। ਗੁਰਬਾਣੀ ਵਿੱਚ ਬਚਨ ਆਏ ਹੈ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਇਉਂ ਸਤਿਗੁਰੂ ਜੀ ਨੇ ਲਾਲ ਚੰਦ ਪੰਡਿਤ ਦਾ ਹੰਕਾਰ ਮੇਟ ਕੇ ਛੱਜੂ ਝੀਵਰ ਦੇ ਉੱਤੇ ਬਖਸ਼ਿਸ਼ ਭਰੀ ਕਿਰਪਾ ਭਰੀ ਨਦਰ ਕਰਕੇ ਉਸ ਤੋਂ ਗੀਤਾ ਦੇ ਅਰਥ ਕਰਵਾਏ ਔਰ ਐਸੀਆਂ ਮਹਾਨ ਰਹਿਮਤਾਂ ਕਰਕੇ ਸਾਰੀਆਂ ਬਖਸ਼ਿਸ਼ਾਂ ਕੀਤੀਆਂ, ਗੁੰਗਾਪੁਣਾ ਵੀ ਦੂਰ ਕੀਤਾ ਔਰ ਬੋਲਾਪੁਣਾ ਵੀ ਜਿਹੜਾ ਸੀ, ਬਹਿਰਾਪੁਣਾ ਵੀ ਸੀ, ਉਹ ਵੀ ਦੂਰ ਕਰਕੇ ਛੱਜੂ ਝੀਵਰ ਨੂੰ ਮਹਾਨ ਗਿਆਨ ਦਾ ਖਜ਼ਾਨਾ ਬਖਸ਼ਿਸ਼ ਕੀਤਾ। ਇੱਥੋਂ ਚੱਲਦੇ ਸਤਿਗੁਰੂ ਜੀ ਦਿੱਲੀ ਵਿਖੇ ਚਰਨ ਪਾਏ, ਸਾਰੇ ਦਿੱਲੀ ਵਿੱਚ ਹੈਜੇ ਦੀ ਬਿਮਾਰੀ ਨਾਲ ਦੁਨੀਆ ਪੀੜਤ ਲੁਕਾਈ ਤਰ੍ਹਾਂ ਤਰ੍ਹਾਂ ਕਰਦੀ ਪਈ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੰਗਤਾਂ ਨੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਜੀ ਨੇ ਉਸੇ ਵਕਤ ਅੰਮ੍ਰਿਤ ਜਲ ਸੰਗਤਾਂ ਨੂੰ ਆਪਣੇ ਕੋਲੋਂ ਦਿੱਤਾ ਔਰ ਸੰਗਤਾਂ ਨੇ ਜਿਵੇਂ ਜਿਵੇਂ ਰੋਗੀ ਸਤਿਗੁਰੂ ਜੀ ਦੇ ਚਰਨਾਂ 'ਚ ਆਉਂਦੇ ਹੈ ਉਸੇ ਤਰ੍ਹਾਂ ਸੰਗਤਾਂ ਆਏ ਰੋਗੀਆਂ ਨੂੰ ਛਕਣ ਵਾਸਤੇ ਜਲ ਬਖਸ਼ਿਸ਼ ਕਰਦੀਆਂ ਹਨ। ਪਵਿੱਤਰ ਚੁਬੱਚੇ ਵਿੱਚੋਂ ਉਹ ਚਰਨਾਂ ਦੇ ਜਲ ਦੀ ਐਸੀ ਬਖਸ਼ਿਸ਼, ਐਸੀ ਬਰਕਤ ਦੇ ਨਾਲ ਸਾਰੀ ਦਿੱਲੀ ਵਿੱਚੋਂ ਹੈਜੇ ਦੀ ਬਿਮਾਰੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਦੂਰ ਕੀਤੀ। ਸਾਧ ਸੰਗਤ ਜੀ, ਰਾਜਾ ਜੈ ਸਿੰਘ ਮਿਰਜ਼ਾ ਕਰਕੇ ਉਸ ਨੇ ਇੱਕ ਦਿਨ ਸਤਿਗੁਰੂ ਜੀ ਦੀ ਪਰਖ ਕਰਨੀ ਚਾਹੀ, ਕਿਉਂਕਿ ਔਰੰਗਜ਼ੇਬ ਨੇ ਇੱਕ ਦਿਨ ਰਾਜਾ ਜੈ ਸਿੰਘ ਨੂੰ ਇਹ ਪ੍ਰੇਰਣਾ ਦਿੱਤੀ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਜੀ ਦੀ ਅੱਠਵੀਂ ਜੋਤ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ, ਉਹਨਾਂ ਨੂੰ ਮੇਰੇ ਮਹਿਲਾਂ ਵਿੱਚ ਲੈ ਕੇ ਆਓ। ਸਤਿਗੁਰੂ
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਸ ਰਾਜਾ ਜੈ ਸਿੰਘ ਨੇ ਬੇਨਤੀ ਕੀਤੀ ਆ ਕਰਕੇ ਤਾਂ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ ਇਸ ਜ਼ਾਲਮ ਤੁਰਕ ਦੇ ਅਸੀਂ ਕਦੇ ਮੱਥੇ ਨਹੀਂ ਲੱਗਾਂਗੇ, ਧੰਨ ਗੁਰੂ ਹਰਿਰਾਜ ਸਾਹਿਬ ਪਿਤਾ ਸਤਿਗੁਰੂ ਦਾ ਬਚਨ ਹੈ। ਸੋ ਇਨਕਾਰ ਕਰ ਦਿੱਤਾ ਸਾਧ ਸੰਗਤ ਜੀ। ਫਿਰ ਉਸ ਤੋਂ ਉਪਰੰਤ ਰਾਜਾ ਜੈ ਸਿੰਘ ਨੂੰ ਕਹਿਣ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਮਹਿਮਾ ਬੜੀ ਸੁਣੀ ਹੈ, ਕੋਈ ਉਹਨਾਂ ਦੀ ਕਰਾਮਾਤ ਕੋਈ ਸ਼ਕਤੀ ਮੈਂ ਉਹਨਾਂ ਦੀ ਤੇਰੇ ਦੁਆਰਾ ਵੇਖਣੀ ਚਾਹੁੰਦਾ, ਕਿਸੇ ਨਾ ਕਿਸੇ ਤਰ੍ਹਾਂ ਕੋਈ ਸ਼ਕਤੀ ਕੋਈ ਕਰਾਮਾਤ ਉਹਨਾਂ ਦੀ ਮੈਨੂੰ ਆਪਣੇ ਅੱਖੀ ਵੇਖੀ ਹੋਈ ਸਾਹਮਣੇ ਤੱਕੀ ਹੋਈ ਮੈਨੂੰ ਆ ਕੇ ਦਰਸ਼ਨਾ ਕਰ। ਸਾਧ ਸੰਗਤ ਜੀ ਰਾਜਾ ਜੈ ਸਿੰਘ ਨੇ ਸਤਿਗੁਰੂ ਜੀ ਨੂੰ ਆਪਣੇ ਮਹਿਲਾਂ ਦੇ ਵਿੱਚ ਚਰਨ ਪਾਉਣ ਵਾਸਤੇ, ਦਰਸ਼ਨ ਕਰਨ ਵਾਸਤੇ, ਰਾਣੀਆਂ ਨੂੰ ਦਰਸ਼ਨ ਦੀਦਾਰ ਦੇਣ ਵਾਸਤੇ ਸਾਰੀ ਤਿਆਰੀ ਕੀਤੀ। ਤਾਂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ। ਗੁਰ ਇਤਿਹਾਸ ਵਿੱਚ ਆਉਂਦਾ ਕਿ ਸਤਿਗੁਰੂ ਨੇ ਦਰਵਾਜ਼ਾ ਹੀ ਅੰਦਰੋਂ ਬੰਦ ਕਰ ਲਿਆ। ਜੈ ਸਿੰਘ ਨੇ ਬਹੁਤ ਵੇਰੀ ਬੇਨਤੀਆਂ ਕੀਤੀਆਂ, ਫਿਰ ਦੀਵਾਰ ਸਤਿਗੁਰੂ ਜੀ ਨੇ ਦਰਵਾਜ਼ਾ ਖੋਲ੍ਹਿਆ, ਬੇਨਤੀਆਂ ਕਰਕੇ ਸਤਿਗੁਰੂ ਜੀ ਨੂੰ ਨਾਲ ਲੈ ਕੇ ਗਿਆ ਔਰ ਰਾਣੀਆਂ ਨੂੰ ਇੱਕ ਗੱਲ ਸਮਝਾਈ ਕਿ ਜਿਹੜੀ ਵੀ ਰਾਣੀ ਜਿੰਨੀਆਂ ਵੀ ਰਾਣੀਆਂ ਨੇ ਦਰਸ਼ਨ ਕਰਨੇ ਹੈ, ਇਹਨਾਂ ਰਾਣੀਆਂ ਵਿੱਚੋਂ ਜਿਹੜੀ ਪਟਰਾਣੀ ਹੈ ਉਹ ਸਾਦੇ ਲਿਬਾਸ ਵਿੱਚ ਬੈਠਣਾ ਕਰੇ, ਸਾਨੂੰ ਇਸ ਗੱਲ ਦਾ ਪਤਾ ਲੱਗੇ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕਿੰਨੀ ਕੁ ਅੰਤਰਜਾਮਤਾ, ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਛਾਣ ਕੇ ਦੱਸਣ ਕਿ ਇਹ ਪਟਰਾਣੀ ਹੈ ਬਾਕੀ ਰਾਣੀਆਂ ਹਨ। ਸਤਿਗੁਰੂ ਮਹਾਰਾਜ ਜੀ ਨੂੰ ਲਿਜਾਇਆ ਗਿਆ, ਰਾਣੀਆਂ ਸਾਰੀਆਂ ਸੱਜ ਧਜ ਕੇ ਬੜੇ ਹਾਰ ਸ਼ਿੰਗਾਰ ਕਰਕੇ ਬੜੇ ਕੀਮਤੀ ਵਸਤਰ ਪਾ ਕੇ ਮਹਿਲਾਂ ਵਿੱਚ ਬੈਠੀਆਂ ਹੋਈਆਂ ਹਨ। ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਸਾਰੀਆਂ ਨੇ ਉੱਠ ਕੇ ਖੜ੍ਹੇ ਹੋ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਫਿਰ ਆਪੋ ਆਪਣੀ ਥਾਂ 'ਤੇ ਬੈਠ ਗਈਆਂ। ਅਖੀਰ ਜਿਹੜੀ ਪਟਰਾਣੀ ਜਿਸਨੇ ਬੜਾ ਸਾਦਾ ਜਿਹਾ ਮੈਲੇ ਕੁਟੈਲੇ ਵਸਤਰ ਪਾਏ ਹੋਏ ਸਨ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਧੇ ਉਸ ਪਾਸ ਗਏ, ਆਪਣੇ ਹੱਥ ਦੀ ਛੱਡੀ ਉਸ ਦੇ ਸਿਰ 'ਤੇ ਦੋ ਵਾਰੀ ਮਾਰ ਕੇ ਕਹਿਣ ਲੱਗੇ ਇਹ ਪਟਰਾਣੀ ਹੈ। ਉਸੇ ਵਕਤ ਰਾਜਾ ਜੈ ਸਿੰਘ ਹੈਰਾਨ ਹੋ ਗਿਆ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਕੇਵਲ 7 ਸਾਲ ਕੁਝ ਮਹੀਨੇ ਸਰੀਰ ਦੀ ਆਰਬਲ ਹੈ, ਪਰ ਸਤਿਗੁਰੂ ਮਹਾਰਾਜ ਜੀ ਦੇ ਪਾਸ ਐਡੀ ਵੱਡੀ ਅੰਤਰਜਾਮਤਾ। ਉਸ ਵਕਤ ਰਾਜਾ ਜੈ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਜੀ ਕਹਿਣ ਲੱਗੇ ਤੂੰ ਗੁਰੂ ਘਰ ਦੀ ਕਰਾਮਾਤ ਦੇਖਣ ਵਾਸਤੇ ਬਹੁਤ ਹੱਟ ਕੀਤਾ, ਗੁਰੂ ਘਰ ਦੇ ਅੰਦਰ ਅਜਰ ਜਰਨ ਦਾ ਸਤਿਗੁਰਾਂ ਦਾ ਹੁਕਮ ਹੈ, ਗੁਰੂ ਘਰ ਦੇ ਅੰਦਰ ਐਸੀ ਸ਼ਕਤੀ ਬਿਨਾਂ ਕਿਸੇ ਕਾਰਨ ਤੋਂ ਕਦੇ ਵਾਸਤੇ ਨਹੀਂ ਵਰਤੀ ਜਾਂਦੀ, ਇਸ ਕਰਕੇ ਤੈਨੂੰ ਪੁੱਤਰ ਨਹੀਂ ਪ੍ਰਾਪਤ ਹੋਏਗਾ, ਤੂੰ ਗੁਰੂ ਘਰ ਦਾ ਔੜਕ ਵੇਖਣ ਦਾ ਯਤਨ ਕੀਤਾ। ਫਿਰ ਉਸ ਨੇ ਬਹੁਤ ਬੇਨਤੀਆਂ ਕੀਤੀਆਂ ਪਟਰਾਣੀ ਨੇ, ਇਤਿਹਾਸ ਵਿੱਚ ਆਉਂਦਾ 5 ਸੋਨੇ ਦੇ ਘੋੜੇ ਬਣਾ ਕੇ, 5 ਚਾਂਦੀ ਦੇ, 5 ਮਿੱਟੀ ਦੇ, ਔਰ ਸਤਿਗੁਰੂ ਜੀ ਨੂੰ ਇਹ ਭੇਟਾ ਕੀਤੇ, ਬੇਨਤੀਆਂ ਕੀਤੀਆਂ। ਫਿਰ ਸਤਿਗੁਰੂ ਜੀ ਨੇ ਬਚਨ ਕੀਤਾ ਜੇ ਸੰਗਤ ਅਰਦਾਸ ਕਰੇਗੀ ਤਾਂ ਤੈਨੂੰ ਜ਼ਰੂਰ ਪੁੱਤਰ ਦੀ ਦਾਤ ਪ੍ਰਾਪਤ ਹੋਏਗੀ।
ਬਖਸ਼ਿੰਦ ਵੀ ਇਤਨੇ ਵੱਡੇ ਸਨ ਸਤਿਗੁਰੂ ਜੀ। ਸੰਗਤ ਨੇ ਅਰਦਾਸ ਕੀਤੀ, ਸਤਿਗੁਰੂ ਮਹਾਰਾਜ ਜੀ ਨੇ ਪੁੱਤਰ ਦਾ ਵਰ ਬਖਸ਼ਿਸ਼ ਕਰਕੇ ਰਾਜਾ ਜੈ ਸਿੰਘ ਨੂੰ ਨਦਰੋਂ ਨਦਰ ਨਿਹਾਲ ਕੀਤਾ। ਬਹੁਤ ਵੱਡਾ ਇਤਿਹਾਸ ਹੈ ਮੇਰੇ ਸਤਿਗੁਰੂ ਦਾ, ਐਸੀਆਂ ਮਹਾਨ ਰਹਿਮਤਾਂ ਦੇ ਦਾਤੇ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਆਪ ਸੰਗਤਾਂ ਬੜੀ ਸ਼ਰਧਾ ਨਾਲ ਅਵਤਾਰ ਗੁਰਪੁਰਬ ਮਨਾ ਰਹੇ ਹੋ। ਸਤਿਗੁਰੂ ਜੀ ਨੇ ਜੋ ਸ਼੍ਰੀ ਮੁਕਵਾਕ ਬਖਸ਼ਿਸ਼ ਕੀਤੇ ਹਨ, ਜੈ ਸ਼੍ਰੀ ਰਾਗ ਦੀ ਵਾਰ ਹੈ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਵਿਜੇ ਰਾਮ ਪੰਡਿਤ ਆਇਆ, ਉਸ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਧਰਮ ਵਿੱਚ ਬ੍ਰਾਹਮਣਾਂ ਦੀ ਜਿਹੜੀ ਮੁਕਤੀ ਹੈ ਜਾਂ ਕਹਿ ਲਓ ਗਤੀ ਕੀਤੀ ਜਾਂਦੀ ਹੈ, ਜਾਂ ਉਹਨਾਂ ਦੇ ਨਿਮਿੱਤ ਜੋ ਕੋਈ ਬ੍ਰਾਹਮਣ ਜਾਤੀ ਵਿੱਚੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ, ਉਸ ਦੇ ਨਿਮਿੱਤ ਜੋ ਧਰਮ ਦੇ ਕਰਮ ਕੀਤੇ ਜਾਂਦੇ ਹੈ, ਉਸ ਨੂੰ 12ਵੇਂ ਦਿਨ ਸੰਪੂਰਨ ਕੀਤਾ ਜਾਂਦਾ। ਇਸੇ ਤਰ੍ਹਾਂ ਛਤਰੀਆਂ ਵਿੱਚ 17ਵੇਂ ਦਿਨ ਜਾ ਕੇ ਉਹ ਸਾਰਾ ਕਰਮ ਪੂਰਾ ਕੀਤਾ ਜਾਂਦਾ ਹੈ, ਔਰ ਇਸੇ ਤਰ੍ਹਾਂ ਵੈਸਾਂ ਦੇ ਵਿੱਚ 15ਵੇਂ ਦਿਨ ਔਰ ਸ਼ੂਦਰਾਂ ਦੇ ਵਿੱਚ 40ਵੇਂ ਦਿਨ। ਤੁਹਾਡੇ ਸਿੱਖਾਂ ਵਿੱਚ ਕੀ ਰੀਤ ਹੈ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜੋ ਪੰਥ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਚਨ ਕੀਤੇ ਸਾਡੇ ਸਿੱਖ ਦਾ 10ਵੇਂ ਦਿਨ ਦੁਸਹਿਰਾ ਕੀਤਾ ਜਾਂਦਾ ਹੈ, ਔਰ ਸਾਡੇ ਸਿੱਖ ਲਈ ਗੁਰਬਾਣੀ ਦਾ ਪਾਠ ਕੀਤਾ ਜਾਂਦਾ, ਕੀਰਤਨ ਕਥਾ ਕੀਤਾ ਜਾਂਦਾ, ਔਰ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਗੁਰਸਿੱਖ ਦੇ ਕਲਿਆਣ ਲਈ ਬੇਨਤੀ ਕੀਤੀ ਜਾਂਦੀ ਹੈ, ਔਰ ਗੁਰੂ ਘਰ ਦੀ ਇਹ ਮਰਿਆਦਾ ਹੈ। ਉਸ ਵਕਤ ਸਤਿਗੁਰੂ ਮਹਾਰਾਜ ਜੀ ਨੇ ਪੰਡਿਤ ਦੇ ਬੇਨਤੀ ਕਰਨ ਤੋਂ ਹੀ ਗੁਰ ਇਤਿਹਾਸ ਵਿੱਚ ਖਾਨਕਾ ਦਾ ਜ਼ਿਕਰ ਆਇਆ। ਇਹ ਜੈ ਸ਼੍ਰੀ ਦੀ ਵਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਆਪ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੈ, ਔਰ ਇਹ ਮਰਿਆਦਾ ਜਦੋਂ ਕੋਈ ਗੁਰਸਿੱਖ ਪ੍ਰਾਣੀ ਚੜ੍ਹਾਈ ਕਰ ਜਾਏ ਤਾਂ ਉਸ ਦੇ ਨਿਮਿੱਤ ਜਿੱਥੇ ਸਹਿਜ ਪਾਠ ਅਖੰਡ ਪਾਠ ਕਰਕੇ 10ਵੇਂ ਦਿਨ ਭੋਗ ਪਾਉਣਾ, ਉੱਥੇ ਜੈ ਸ਼੍ਰੀ ਦੀ ਵਾਰ ਦੇ 2 ਸਲੋਕਾਂ ਦੀ 2 ਪੌੜੀਆਂ ਦੀ ਰੋਜ਼ਾਨਾ ਕਥਾ, ਅੰਮ੍ਰਿਤ ਵੇਲੇ ਸ਼ਾਮ ਨੂੰ ਸਹਿਜ ਕਿਰਤੀ ਬਾਣੀ ਦੀ ਕਥਾ, ਕਿਉਂ 10ਵੇਂ ਦਿਨ ਤੱਕ ਇਹ ਸਾਰੀ ਬਾਣੀ ਦੀ ਕਥਾ ਨਾਲ ਨਾਲ ਨਿਤਨੇਮ ਕਰਕੇ ਸੰਪੂਰਨਤਾ ਕਰਨੀ, ਗੁਰਸਿੱਖ ਦਾ ਦੁਸਹਿਰਾ ਮਨਾਉਣਾ, ਇਹ ਸਤਿਗੁਰੂ ਜੀ ਨੇ ਆਗਿਆ ਕੀਤੀ ਹੈ। ਸੋ ਸਾਧ ਸੰਗਤ ਜੀ, ਜੈ ਸ਼੍ਰੀ ਦੀ ਵਾਰ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਆਏ ਹੋ ਸ਼੍ਰੀ ਮੁਕਵਾਕ ਦੀ ਕਥਾ ਸਰਵਣ ਕਰੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਸ਼੍ਰੀ ਮਹੱਲਾ 5, 5ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਵਾਰ ਨਾਮ ਪੌੜੀਆਂ ਦਾ ਵੀ ਹੈ, ਪੌੜੀਆਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਨਾਲ ਸਲੋਕਾਂ ਸਮੇਤ, ਇਹ ਸਾਰੇ ਸਲੋਕ ਵੀ ਸਾਰੀਆਂ ਪੌੜੀਆਂ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਕਈ ਵਾਰੀ ਵਾਰਾਂ ਦੇ ਅੰਦਰ ਜਿਹੜਾ ਸਿਰਲੇਖ ਹੁੰਦਾ, ਜਿਵੇਂ ਪਹਿਲੇ ਪਾਤਸ਼ਾਹ ਜੀ ਦੀ ਵਾਰ ਆਈ, ਉਹਦੇ ਵਿੱਚ ਪੌੜੀਆਂ ਤਾਂ ਪਹਿਲੇ ਸਤਿਗੁਰੂ ਜੀ ਦੀਆਂ ਹੋਣਗੀਆਂ, ਪਰ ਸਲੋਕ ਦੂਸਰੇ ਸਤਿਗੁਰੂ ਸਾਹਿਬਾਨਾਂ ਦੇ ਵੀ ਹੁੰਦੇ ਹੈ। ਇਸ ਵਾਰ ਵਿੱਚ ਪੌੜੀਆਂ ਵੀ ਧੰਨ ਗੁਰੂ ਅਰਜਨ ਦੇਵ ਜੀ ਦੀਆਂ ਔਰ ਸਲੋਕ ਵੀ ਧੰਨ ਗੁਰੂ ਅਰਜਨ ਦੇਵ ਜੀ ਦੇ ਨਾਲ ਉਚਾਰਨ ਕੀਤੇ ਹੋਏ ਹਨ। ਵਾਰ ਨਾਮ ਜਸਦਾ ਵੀ ਹੈ, ਵਾਹਿਗੁਰੂ ਪਰਮੇਸ਼ਰ ਦਾ ਇਸ ਵਾਰ ਅੰਦਰ ਜਸ ਉਚਾਰਨ ਕੀਤਾ ਗਿਆ ਹੈ। ਵਾਰ ਨਾਮ ਜੰਗ ਦਾ ਵੀ ਹੈ, ਜਿਵੇਂ ਸੂਰਮੇ ਜੰਗ ਦੇ ਵਿੱਚ
ਵੈਰੀ ਨੂੰ ਜਿੱਤਦੇ ਆ ਔਰ ਫਤਿਹ ਪ੍ਰਾਪਤ ਕਰਦੇ ਹੈ। ਇੱਧਰ ਮਨਮੁਖਾਂ ਨਾਲ ਗੁਰਮੁਖਾਂ ਦਾ ਜੰਗ ਹੈ, ਗੁਰਮੁਖ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਔਗੁਣਾਂ ਤੋਂ ਜਿੱਤ ਪ੍ਰਾਪਤ ਕਰਦੇ ਹੈ ਔਰ ਮਨਮੁਖ ਔਗੁਣਾਂ ਦੇ ਅਧੀਨ ਹੋਣ ਕਰਕੇ ਹਾਰ ਖਾ ਜਾਂਦੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਵਸਤੂ ਨਿਰਦੇਸ਼ ਮੰਗਲ ਇੱਕ ਉਹ ਓਂਕਾਰ, ਇੱਕ ਅਦਵੈਤ ਸਰੂਪ ਵਾਹਿਗੁਰੂ, ਉਹ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਨਾਸ਼ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਇਹ ਲਕਸ਼ਣ ਮੇਰੇ ਅਕਾਲ ਪੁਰਖ ਵਾਹਿਗੁਰੂ ਦੇ ਸਾਰੇ ਕੀਤੇ ਗਏ ਹੈ, ਐਸਾ ਵਾਹਿਗੁਰੂ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਲੋਕ ਆਦਿ ਪੂਰਨ ਮਦ ਪੂਰਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਲੋਕ ਉਚਾਰਨ ਕਰਦੇ ਹੈ ਕਿ ਇਸ ਸ੍ਰਿਸ਼ਟੀ ਦੇ ਆਦਿ ਵਿੱਚ ਵੀ ਭਾਵ ਮੁੱਢ ਵਿੱਚ ਵੀ ਪਰਿਪੂਰਨ ਪਰਮਾਤਮਾ ਵਾਹਿਗੁਰੂ ਦਾ ਹੀ ਇਹ ਸੰਸਾਰ ਦੇ ਅੰਦਰ ਨਿਵਾਸ, ਭਾਵ ਆਦਿ ਸ੍ਰਿਸ਼ਟੀ ਦੇ ਮੁੱਢ ਵਿੱਚ ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਹੋਈ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਕੱਥੀ ਕਥੋ ਚਿਹ ਨਹੀਂ ਕੋਈ, ਪੂਰ ਰਹਿਆ ਮਨ ਭਾਏ ਦਾ, ਤਾਂ ਉਸ ਸਮੇਂ ਕੌਣ ਸੀ? ਸਾਰੇ ਤੋਂ ਆਦਿ ਮੁੱਢ ਵਿੱਚ ਵੀ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਦਾ ਹੀ ਇਸ ਧਰਤੀ 'ਤੇ ਕਹਿ ਲਓ, ਇਸ ਸ੍ਰਿਸ਼ਟੀ 'ਚ ਕਹਿ ਲਓ ਜਾਂ ਪ੍ਰਕਿਰਤੀ ਵਿੱਚ ਕਹਿ ਲਓ, ਹਰ ਥਾਂ 'ਤੇ ਉਹੀ ਪਰਿਪੂਰਨ ਸੀ। ਔਰ ਮੱਧ ਪੂਰਨ ਜਦੋਂ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਉਸ ਵਾਹਿਗੁਰੂ ਨੇ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਉਦੋਂ ਵੀ ਸ੍ਰਿਸ਼ਟੀ ਦੀ ਰਚਨਾ ਕਰਕੇ ਦੇ ਮੱਧ ਵਿੱਚ ਵੀ ਆਪ ਵਾਹਿਗੁਰੂ ਹੀ ਪਰਿਪੂਰਨ ਹੋ ਕਰਕੇ ਵਰਤ ਰਿਹਾ ਹੈ। ਅੰਤ ਪੂਰਨ ਪਰਮੇਸ਼ਵਰ ਹੈ, ਉਹ ਪਰਮੇਸ਼ਵਰ ਜੋ ਸਾਰਿਆਂ ਤੋਂ ਵੱਡਾ ਹੈ, ਉਹ ਅੰਤ ਨੂੰ ਅਖੀਰ ਤੇ ਵੀ ਉਹ ਵਾਹਿਗੁਰੂ ਪਰਮੇਸ਼ਵਰ ਹੀ ਪਰਿਪੂਰਨ ਰਹੇਗਾ। ਆਦਿ ਵਿੱਚ ਵੀ, ਮੱਧ ਵਿੱਚ ਵੀ, ਅੰਤ ਵਿੱਚ ਵੀ, ਆਦਿ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਮੂਲ ਮੰਤਰ ਵਿੱਚ ਵੀ ਐਸੀ ਵਾਹਿਗੁਰੂ ਦੀ ਮਹਿਮਾ ਕੀਤੀ ਗਈ ਹੈ। ਇਉਂ ਪਰਿਪੂਰਨ ਪਰਮੇਸ਼ਰ ਹੀ ਹਰ ਸਮੇਂ ਉਸੇ ਦੀ ਹੋਂਦ ਹਸਤੀ ਸੰਸਾਰ ਵਿੱਚ ਜਾਂ ਸੰਸਾਰ ਦੇ ਅਖੀਰ ਵਿੱਚ ਜਾਂ ਸੰਸਾਰ ਦੇ ਅੰਤ ਤੋਂ ਬਾਅਦ ਵੀ ਕੌਣ ਰਹੇਗਾ? ਕੇਵਲ ਵਾਹਿਗੁਰੂ ਪਰਮੇਸ਼ਰ ਦੀ ਹੋਂਦ ਹੀ ਰਹੇਗੀ ਇਹ ਸੰਸਾਰ ਅੰਦਰ। ਸਿਮਰੰਤ ਸੰਤ ਸਰਬੱਤਰ ਰਮਣ, ਜਿਹੜੇ ਸੰਤ ਹੈ ਨਾਮ ਜਪਣ ਵਾਲੇ, ਜਿਹਨਾਂ ਦੀ ਅਵਸਥਾ ਹੈ, ਜਿਹਨਾਂ ਸਾਸ ਦਰਾਸ ਨਾਲ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ, ਐਸੇ ਜਿਹੜੇ ਸੰਤ ਹੈ ਉਸ ਵਾਹਿਗੁਰੂ ਪਰਮੇਸ਼ਵਰ ਦਾ ਸਿਮਰਨ ਕਰਦੇ, ਜੋ ਆਦਿ ਵਿੱਚ ਵੀ, ਮੱਧ ਵਿੱਚ ਵੀ, ਅੰਤ ਨੂੰ ਵੀ ਉਹ ਸਿਮਰਨ ਕਿਹਦਾ ਕਰਦੇ? ਉਸੇ ਦਾ ਹੀ ਕਰਦੇ ਆ। ਔਰ ਧਿਆਨ ਕਿਹਦਾ ਕਰਦੇ ਆ? ਸਰਬੱਤਰ ਰਮਣਮ, ਧਿਆਨ ਵੀ ਉਸੇ ਦਾ ਹੀ ਕਿ ਸਾਰਿਆਂ ਵਿੱਚ ਹੀ ਜੱਤਰ ਤੱਤਰ ਦਿਸ਼ਾ ਵਿਸਾ ਹੋਏ ਫੈਲਿਓ ਅਨਰਾਵ, ਕਿ ਸਰਬੱਤਰ ਦਿਸ਼ਾ, ਕਿ ਸਰਬੱਤਰ ਭੇਸਾ, ਜਿਵੇਂ ਜਮਾਨ ਕੇ ਵੇਖਿਆ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਪ੍ਰਭੂ ਦੇ ਪਿਆਰੇ ਜਿਹੜੇ ਸੰਤ ਹੈ ਉਹਨਾਂ ਦਾ ਧਿਆਨ ਵੀ ਰਮੇ ਹੋਏ ਪਰਮੇਸ਼ਰ ਦੇ ਵਿੱਚ ਹੀ ਹੈ, ਜਰੇ ਜਰੇ ਵਿੱਚ। ਜਿਵੇਂ ਭਾਈ ਕਨ੍ਹਈਆ ਜੀ ਨੂੰ ਦਸਮ ਪਿਤਾ ਜੀ ਨੇ ਪੁੱਛਿਆ ਕਿ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾਈ ਜਾਂਦੇ ਹੋ? ਕਹਿਣ ਲੱਗੇ, ਮਹਾਰਾਜ ਮੈਨੂੰ ਦੁਸ਼ਮਣਾਂ ਵਿੱਚੋਂ ਵੀ ਤੁਹਾਡੇ ਦਰਸ਼ਨ ਹੁੰਦੇ ਹੈ, ਗੁਰਸਿੱਖਾਂ ਵਿੱਚੋਂ ਵੀ ਆਪ ਜੀ ਦੇ ਦਰਸ਼ਨ ਦੀਦਾਰ ਹੁੰਦੇ ਹੈ।
ਜਾਂ ਭਾਈ ਨੰਦ ਲਾਲ ਸਿੰਘ ਜੀ ਨੇ ਨੂਰ ਹਰਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰਦਰ ਜਿਸ਼ਮ ਗੁਰੂ ਗੋਬਿੰਦ ਸਿੰਘ, ਐਸੀ ਦ੍ਰਿਸ਼ਟੀ ਇਸ ਧਰਤੀ 'ਤੇ ਵਾਜਣ ਵਾਲੇ ਸਤਿਗੁਰੂ ਨੇ ਆਪਣੇ ਗੁਰਸਿੱਖਾਂ ਨੂੰ ਬਖਸ਼ੀ ਕਿ ਜਿੰਨੀਆਂ ਅੱਖਾਂ ਵਿੱਚੋਂ ਨੂਰ ਦਿਖਾਈ ਦਿੰਦਾ ਮੈਨੂੰ ਸਤਿਗੁਰੂ ਕਲਗੀਧਰ ਦੇ ਦਰਸ਼ਨਾਂ ਦਾ ਨੂਰ ਦਿਖਾਈ ਦਿੰਦਾ, ਜਿੰਨੇ ਜਿਸਮ ਸਰੀਰ ਦਿਖਾਈ ਦਿੰਦੇ ਇਹਨਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੋਤ ਮੈਨੂੰ ਪ੍ਰਤੱਖ ਦਿਖਾਈ ਦਿੰਦੀ ਹੈ, ਉਹ ਸਾਰੇ ਵਿੱਚ ਰਵੇ ਹੋਏ ਪਰਮੇਸ਼ਰ ਨੂੰ ਹੀ ਤੱਕਦੇ ਹਨ। ਐਸਾ ਪ੍ਰਭੂ ਦੇ ਪਿਆਰਿਆਂ ਦਾ ਧਿਆਨ ਹੈ, ਸੁਰਤ ਦੁਆਰਾ ਸਿਮਰਨ ਕਰਦੇ, ਰਸਨਾ ਦੁਆਰਾ ਆਦਮਦ ਔਰ ਅੰਤ ਵਿੱਚ ਸਦਾ ਰਹਿਣ ਵਾਲੇ ਪਰਮੇਸ਼ਰ ਦਾ ਜਾਪ ਕਰਦੇ ਹਨ, ਅਜੱਪਾ ਜਾਪ, ਔਰ ਇਸੇ ਤਰ੍ਹਾਂ ਸਿਮਰਨ ਔਰ ਧਿਆਨ ਵਾਹਿਗੁਰੂ ਦੇ ਵਿੱਚ ਜੋੜ ਕੇ ਰੱਖਦੇ ਹੈ। ਨਾਨਕ ਅਗਨਾਸਨ ਜਗਤ ਈਸ਼ਰ ਹੈ। ਧੰਨ ਗੁਰੂ ਅਰਜਨ ਦੇਵ ਜੀ ਪ੍ਰਮਾਣ ਕਰਦੇ ਜੋ ਜਗਤ ਦਾ ਈਸ਼ਰ ਮਾਲਕ ਹੈ, ਉਹਦਾ ਨਾਮ ਜਪਣ ਦੇ ਨਾਲ, ਉਹਦਾ ਧਿਆਨ ਕਰਨ ਦੇ ਨਾਲ ਸਾਰੇ ਜਿੰਨੇ ਵੀ ਪਾਪ ਹੈ ਉਹਨਾਂ ਦਾ ਨਾਸ਼ ਹੋ ਜਾਂਦਾ, ਸਾਰੇ ਪਾਪਾਂ ਦੀ ਨਿਵਿਰਤੀ ਹੋ ਜਾਂਦੀ ਹੈ, ਕੋਈ ਪਾਪ ਨਹੀਂ ਲੱਗਿਆ ਰਹਿ ਜਾਂਦਾ। ਵੇਖਣ ਸੁਣਨ ਸੁਣਾਵਨ, ਇਸ ਕਰਕੇ ਹੈ ਗੁਰਸਿੱਖੋ ਜੀਵਨ ਵਿੱਚ ਜਦੋਂ ਨਾਮ ਜਪਣਾ ਸਿਮਰਨ ਕਰਨਾ, ਇੱਕ ਵਾਹਿਗੁਰੂ ਦਾ ਹੀ ਧਿਆਨ ਮਨ ਵਿੱਚ ਵਸਾ ਕੇ ਰੱਖਣਾ, ਜੋ ਤ੍ਰੈ ਕਾਲ ਵਾਦ ਸਤ ਤੁਮ ਆਨੰਦ ਤੁਮ, ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ, ਵੇਖਣ ਸੁਣਨ ਸੁਣਾਵਨੋ, ਵੇਖਣਾ ਦੇਖਣਾ ਕੀ ਹੈ, ਪਰਮੇਸ਼ਰ ਦੇ ਦੀਦਾਰ ਸੰਗਤ ਦੇ ਵਿੱਚ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਕਿ ਸੰਗਤ ਵਿੱਚ ਹੀ ਸਤਿਗੁਰੂ ਵਸਦੇ ਹੈ, ਪਰਮੇਸ਼ਰ ਵਸਦਾ, ਤੇਤਾ ਸੁਣਨਾ, ਤੇਤਾ ਨਾਮ, ਤੇਤਾ ਵੇਖਣ, ਤੇਤਾ ਧਿਆਨ, ਐਸੀ ਅਵਸਥਾ ਕਿ ਜਦੋਂ ਜਿੱਥੇ ਜਿੱਥੇ ਵੀ ਨਿਗਾਹ ਜਾਏ ਵੇਖਣਾ ਕੀ ਹੈ, ਪਰਮੇਸ਼ਰ ਦੀ ਜੋਤ ਨੂੰ, ਅਤੇ ਸੁਣਨਾ ਕੰਨਾਂ ਦੁਆਰਾ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਨਾਮ ਦੀ ਹੀ ਧੁਨ ਕੰਨਾਂ ਦੁਆਰਾ ਸੁਣਨੀ ਹੈ, ਅਤੇ ਸੁਣਾਉਣਾ ਵੀ ਅੱਗੇ ਕੀ ਹੈ, ਵਾਹਿਗੁਰੂ ਦੇ ਨਾਮ ਦੀ ਮਹਿਮਾ ਸੁਣਾਉਣੀ ਹੈ, ਕੀਰਤੀ ਕਰਨੀ ਹੈ, ਐਸੀ ਅਵਸਥਾ ਗੁਰਸਿੱਖ ਨੂੰ ਬਣਾਉਣ ਦੀ ਸਤਿਗੁਰੂ ਮਹਾਰਾਜ ਜੀ ਨੇ ਆਗਿਆ ਕੀਤੀ ਹੈ। ਮਨ ਮਹਿ ਦ੍ਰਿੜੀਐ ਸਾਜ, ਹੈ ਗੁਰਸਿੱਖ ਜੀ ਇਸ ਤਰ੍ਹਾਂ ਆਪਣੇ ਮਨ ਨੂੰ ਵਾਹਿਗੁਰੂ ਦੇ ਸਰੂਪ ਵਿੱਚ ਟਿਕਾ ਕੇ ਲਵਲੀਨ ਰੱਖੇਗਾ, ਤਾਂ ਤੇਰੇ ਮਨ ਵਿੱਚ ਸੱਚਾ ਨਾਮ ਪਰਪੱਕ ਰੂਪ ਦੇ ਵਿੱਚ ਦ੍ਰਿੜ ਹੋ ਜਾਏਗਾ, ਐਨ ਨਾਮ ਹਿਰਦੇ ਵਿੱਚ ਵਸ ਜਾਏਗਾ। ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਨਾਮ ਦ੍ਰਿੜ ਹੋ ਗਿਆ, ਵਸ ਗਿਆ, ਪਰਪੱਕ ਹੋ ਗਿਆ ਨਾਮ, ਉਹ ਵੇਖਦੇ ਵੀ ਨਾਮ ਨੂੰ ਹੀ, ਜਰੇ ਜਰੇ ਵਿੱਚੋਂ ਉਹਨਾਂ ਨੂੰ ਨਾਮ ਹੀ ਸੁਣਾਈ ਦਿੰਦਾ, ਅਤੇ ਜਦੋਂ ਨਾਮ ਸੁਣਾਈ ਦਿੰਦਾ ਅਤੇ ਨਾਮ ਤੋਂ ਅੱਗੇ ਨਾਮੀ ਦੇ ਦੀਦਾਰ ਉਹਨਾਂ ਨੂੰ ਹੁੰਦੇ ਆ, ਸੁਣਦੇ ਵੀ ਨਾਮ ਦੀ ਧੁਨ ਹੈ, ਅੱਗੇ ਨਾਮ ਦੀ ਮਹਿਮਾ ਹੀ ਸੁਣਾਉਂਦੇ ਹਨ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਐਸੀ ਅਵਸਥਾ ਉਹਨਾਂ ਗੁਰਮੁਖਾਂ ਦੀ ਹੁੰਦੀ ਹੈ, ਔਰ ਸਤਿਸਰੂਪ ਵਾਹਿਗੁਰੂ ਦਾ ਅਸਲੀ ਧਿਆਨ ਉਹਨਾਂ ਦੇ ਹਿਰਦੇ ਵਿੱਚ ਪ੍ਰਪੱਕ ਰੂਪ ਵਿੱਚ ਦ੍ਰਿੜ ਹੋ ਜਾਂਦਾ, ਫਿਰ ਸੀਸ ਉੱਤੇ ਆਰਾ ਵੀ ਚੱਲੇ, ਬੰਦ ਬੰਦ ਵੀ ਕੱਟਿਆ ਜਾਵੇ, ਤਾਂ ਵੀ ਉਹਨਾਂ ਦੇ ਧਿਆਨ ਵਿੱਚ ਕੋਈ ਫਰਕ ਨਹੀਂ ਪੈਂਦਾ, ਪੂਰ ਰਹਿਓ ਸਰਬਤਰ ਮੈਂ, ਸਾਰਿਆਂ ਵਿੱਚੋਂ ਪਰਿਪੂਰਨ ਹੋ ਕੇ ਵਰਤ ਰਿਹਾ ਹੈ ਵਾਹਿਗੁਰੂ। ਨਾਨਕ ਹਰ ਰੰਗ ਰਾਜ, ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਆ ਗੁਰੂ ਕੇ ਸਿੱਖਾ, ਹਰੀ ਦੇ ਨਾਮ ਦੇ ਰੰਗ ਪ੍ਰੇਮ ਦੇ ਵਿੱਚ ਆਪਣੀ ਬਿਰਤੀ ਨੂੰ ਰਚਾ ਲੈ, ਭਾਵ ਆਪਣੀ ਬਿਰਤੀ ਨੂੰ ਜੋੜ ਲੈਣਾ, ਕਰ ਅੱਠੇ ਪਹਿਰ, ਕਿਉਂ ਜੋੜਨਾ ਕਰ, ਤੇਰੇ ਜਿੰਨੇ ਵੀ ਪਾਪ ਹੈ ਉਹ ਸਾਰਿਆਂ ਦਾ ਨਾਸ਼ ਹੋ ਜਾਏਗਾ,
ਔਰ ਨਾਮ ਹਿਰਦੇ ਵਿੱਚ ਵਸ ਜਾਏਗਾ। ਪੌੜੀ ਧੰਨ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ ਪੌੜੀ ਦੁਆਰਾ, ਹਰ ਏਕ ਨਿਰੰਜਨ ਗਾਈਐ। ਆਏ ਕਿਸੇ ਹੋਰ ਦੀ ਉਪਾਸ਼ਨਾ ਨਹੀਂ ਕਰਨੀ, ਕੋਈ ਕਿਸੇ ਦੀ, ਕੋਈ ਕਿਸੇ ਦੀ ਕਰਦਾ। ਪੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨੋ ਛਾਰੋ ਡਾਵੈ। ਪਰ ਇੱਥੇ ਗੁਰੂ ਘਰ ਦੀ ਜੋ ਮਰਜਾਦ ਆ ਉਹ ਇੱਕ ਵਾਹਿਗੁਰੂ ਦੀ ਉਪਾਸ਼ਨਾ, ਹਿਰਦੇ ਗਿਆਨ ਮੁੱਖ ਭਗਤੀ ਵਰਤਨ ਵੈਰਾਗ, ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਹੀ ਗਾਇਨ ਕਰਨਾ, ਉਸੇ ਦਾ ਚਿੰਤਨ ਕਰਨਾ। ਨਿਰੰਜਨ ਅੰਜਨ ਨਾਮ ਸੁਰਮੇ ਦਾ, ਮਾਇਆ ਰੂਪ ਕਾਲਕ ਤੋਂ ਜੋ ਰਹਿਤ ਸ਼ੁੱਧ ਸਰੂਪ ਇੱਕ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਉਸੇ ਦੇ ਗੁਣ ਗਾਉਣੇ ਹਨ। ਸਭ ਅੰਤਰ ਸੋਈ, ਸਾਰਿਆਂ ਦੇ ਵਿੱਚ ਉਸੇ ਦਾ ਪ੍ਰਕਾਸ਼, ਉਸੇ ਦਾ ਹੀ ਨਿਵਾਸ ਹੈ। ਕਰਨ ਕਾਰਨ ਸਮਰੱਥ ਪ੍ਰਭ, ਕਾਰਨ ਔਰ ਕਾਰਜ ਇਹ ਦੋਨਾਂ ਦੀ ਅਭੇਦਤਾ ਵਿਖਾਈ ਹੈ। ਸੰਸਾਰ ਦਾ ਕਾਰਜ ਰੂਪ ਵੀ ਆਪ ਹੈ ਤੇ ਕਾਰਨ ਰੂਪ ਵੀ ਆਪ, ਇਸ ਕਰਕੇ ਸਾਰੇ ਕਾਰਜਾਂ ਨੂੰ ਕਰਨ ਲਈ ਸਮਰੱਥ ਸਰਵ ਸ਼ਕਤੀਮਾਨ ਉਹ ਵਾਹਿਗੁਰੂ ਪਰਮੇਸ਼ਰ ਆਪੇ ਹੀ ਹੈ। ਜੋ ਕਰੇ ਸੋ ਹੋਈ, ਜੋ ਵਾਹਿਗੁਰੂ ਚਾਹੁੰਦਾ ਉਹੀ ਹੁੰਦਾ ਹੈ। ਖਿਨ ਮਹਿ ਥਾਪ ਉਥਾਪਦਾ, ਖਿਨ ਵਿੱਚ ਪਲਕ ਝਮਕਣ ਦੇ ਸਮੇਂ ਵਿੱਚ ਹੀ, ਖਿਨ ਵਿੱਚ ਹੀ ਸ੍ਰਿਸ਼ਟੀ ਨੂੰ ਥਾਪ ਰਚ ਲੈਂਦਾ ਔਰ ਇੱਕ ਖਿੰਗ ਦੇ ਵਿੱਚ ਹੀ ਉਥਾਪ ਨਾਸ ਕਰ ਦਿੰਦਾ ਹੈ। ਇਸ ਬਿਨ ਨਹੀਂ ਕੋਈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਜਿਹੜੇ ਮਨ ਵਿੱਚ ਥਾਪੇ ਹੋਏ ਵਿਕਾਰ ਹੈ ਨਾ, ਜਿਨ੍ਹਾਂ ਨੇ ਆਪਣਾ ਥਾਂ ਬਣਾਇਆ ਹੋਇਆ, ਜਦੋਂ ਇੱਕ ਨਿਰੰਜਨ ਵਾਹਿਗੁਰੂ ਦੇ ਨਾਮ ਨੂੰ ਗਾਏਗਾ ਨਾ, ਉਸ ਦਾ ਸਿਮਰਨ ਕਰੇਗਾ, ਉਹਦੀ ਸਿਫਤ ਸਲਾਹ ਕਰੇਗਾ, ਤਾਂ ਇੱਕ ਖਿੰਨ ਵਿੱਚ ਵਾਹਿਗੁਰੂ ਅੰਦਰੋਂ ਉਹਨਾਂ ਵਿਕਾਰਾਂ ਨੂੰ, ਉਹਨਾਂ ਪਾਪਾਂ ਦੀਆਂ ਮੈਲਾਂ ਨੂੰ ਉਖੇੜ ਕੇ ਬਾਹਰ ਸਿੱਟ ਦਿੰਦਾ, ਹਿਰਦਾ ਸ਼ੁੱਧ ਕਰ ਦਿੰਦਾ। ਐਨ ਗੁਰਸਿੱਖ ਦਾ ਹਿਰਦਾ ਨਿਰਮਲ ਹੋ ਜਾਂਦਾ। ਜੀਆ ਹੋ ਨਿਰਮਲ, ਬਾਹਰ ਆਹੋ ਨਿਰਮਲ, ਬਾਹਰ ਆਹੋ ਤਾਂ ਨਿਰਮਲ, ਜੀਆ ਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਨ। ਸੋ ਸਾਧ ਸੰਗਤ ਜੀ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਬੇਸਵਾਗਾਮੀ ਪੰਡਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਇਆ। ਮਹਾਰਾਜ ਕਹਿਣ ਲੱਗੇ, ਐਸਾ ਮਨੁੱਖਾ ਜੀਵਨ ਪ੍ਰਾਪਤ ਕਰਕੇ ਐਸੀ ਵਿਕਾਰਾਂ ਦੇ ਵਿੱਚ ਤੇਰੀ ਬਿਰਤੀ ਮਲੀਨ ਹੋ ਚੁੱਕੀ ਹੈ, ਹੱਥ ਜੋੜ ਲਏ ਸੱਚੇ ਪਾਤਸ਼ਾਹ, ਕਿਰਪਾ ਕਰ ਦਿਓ। ਐਸੀ ਅੰਮ੍ਰਿਤ ਰੂਪ ਦ੍ਰਿਸ਼ਟੀ ਪਾਈ ਵਿਕਾਰਾਂ ਦਾ, ਅੰਦਰੋਂ ਸਤਿਗੁਰੂ ਜੀ ਨੇ ਜਿਹੜਾ ਡੇਰਾ ਲੱਗਾ ਸੀ ਨਾ ਉਖਾੜ ਕੇ ਬਾਹਰ ਸਿੱਟ ਦਿੱਤਾ, ਮਨ ਐਨ ਸ਼ਾਂਤ ਕਰ ਦਿੱਤਾ। ਸੋ ਸਾਧ ਸੰਗਤ ਜੀ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਐਸੇ ਸਤਿਗੁਰੂ, ਇੱਕ ਖਿੰਨ ਵਿੱਚ ਹੀ ਮੇਰਾ ਪਰਮੇਸ਼ੁਰ ਸਾਰੇ ਪਾਪਾਂ ਨੂੰ ਹਿਰਦੇ ਦੇ ਵਿੱਚੋਂ ਖੇਡ ਕੇ ਬਾਹਰ ਸਿੱਟ ਦਿੰਦਾ ਤੇ ਉੱਥੇ ਆਪਣੇ ਨਾਮ ਦੀ ਸਥਿਤੀ ਕਰ ਦਿੰਦਾ, ਨਾਮ ਨੂੰ ਟਿਕਾ ਦਿੰਦਾ ਹੈ। ਖੰਡ ਬ੍ਰਹਿਮੰਡ ਤਿਸ ਬਿਨ ਹੀ ਕੋਈ, ਤਿਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਰਹਿ ਗਿਆ ਇਸ ਸੰਸਾਰ ਉੱਤੇ ਵੀ, ਔਰ ਨਾਮ ਤੋਂ ਬਿਨਾਂ, ਪਰਮੇਸ਼ੁਰ ਤੋਂ, ਪਰਮੇਸ਼ੁਰ ਦੀ ਸਿਲਸਿਲਾ ਤੋਂ ਬਿਨਾਂ ਉਹਨਾਂ ਨੂੰ ਹੋਰ ਕੁਝ ਵੀ ਨਹੀਂ ਸੁਣਾਈ ਦਿੰਦਾ। ਖੰਡ ਬ੍ਰਹਿਮੰਡ ਪਾਤਾਲ ਦੀਪ, ਖੰਡ ਆ ਲੋਕ, ਬ੍ਰਹਿਮੰਡ ਆਕਾਸ਼ ਤੱਕ ਦੇ ਜਿੰਨੇ ਵੀ ਲੋਕ, ਪਾਤਾਲ ਜਿੰਨੇ ਵੀ ਹੈ, ਦੀਪ ਜਿੰਨੇ ਵੀ ਹੈ 14, ਇਹ ਸਾਰੀਆਂ ਜਿੰਨੀਆਂ ਵੀ ਥਾਵਾਂ ਹਨ, ਰਵਿਆ ਸਭ ਲੋਈ, ਲੋਈ ਸਾਰੀ ਸ੍ਰਿਸ਼ਟੀ ਵਿੱਚ, ਸਾਰਿਆਂ ਲੋਕਾਂ ਦੇ ਵਿੱਚ ਵੀ, ਹਰ ਥਾਂ ਤੇ ਪਰਿਪੂਰਨ ਮੇਰਾ ਵਾਹਿਗੁਰੂ ਵਿਆਪਕ ਹੈ।
ਕੋਈ ਐਸੀ ਜਗ੍ਹਾ ਨਹੀਂ ਉਸ ਤੋਂ ਬਿਨਾਂ ਜਿਹੜੀ ਨਾ ਹੋਵੇ। ਜਿਸ ਆਪ ਬੁਝਾਏ ਸੋ ਬੁਝ ਸੀ, ਜਿਸ ਨੂੰ ਆਪਣੇ ਸਰੂਪ ਦੀ ਗਿਆਤ ਕਰਾ ਦਿੰਦਾ ਹੈ, ਜਿਸ ਨੂੰ ਇਹ ਸੁਝੀ ਦੇ ਦਿੰਦਾ ਹੈ, ਜਿਸ ਨੂੰ ਬਖਸ਼ੇ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਐਸੀ ਕਿਰਪਾ ਜਿਹਨਾਂ ਉੱਤੇ ਕਰ ਦਿੰਦਾ, ਉਹੀ ਉਸ ਰੂਪ ਨੂੰ ਬੁੱਝ ਸਮਝ ਲੈਂਦੇ, ਪ੍ਰਾਪਤ ਕਰ ਲੈਂਦੇ, ਗਿਆਨ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਐਸੀ ਉਹਨਾਂ ਉੱਤੇ ਕਿਰਪਾ ਹੁੰਦੀ ਹੈ। ਨਿਰਮਲ ਜਨ ਸੋਈ, ਉਹ ਜਨ ਪਿਆਰੇ ਜਿਹੜੇ ਹਨ ਉਹਨਾਂ ਦੀ ਰਹਿਣੀ, ਉਹਨਾਂ ਦਾ ਜੀਵਨ ਨਿਰਮਲ ਜੀਵਨ, ਜੀਆ ਨਿਰਮਲ ਬਾਹਰ ਰਹੋ ਨਿਰਮਲ, ਐਸੇ ਉਹ ਸੋਈ ਪ੍ਰਭੂ ਦੇ ਜਨ ਸਾਰਿਆਂ ਤਰ੍ਹਾਂ ਦੀਆਂ ਮੈਲਾਂ ਤੋਂ ਰਹਿਤ ਉਹਨਾਂ ਦਾ ਜੀਵਨ ਹੋ ਜਾਂਦਾ, ਜਿਹਨਾਂ ਨੂੰ ਵਾਹਿਗੁਰੂ ਮੇਰਾ ਪਿਆਰਾ ਆਪਣੇ ਸਰੂਪ ਦੀ ਗਿਆਤ ਕਰਾ ਦਿੰਦਾ ਹੈ। ਸੋ ਸਾਧ ਸੰਗਤ ਜੀ, ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਵਤਾਰ ਗੁਰਪੁਰਬ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸਾਰੀ ਸੰਗਤ ਗੱਡ ਕੇ ਇੱਕ ਵਾਰੀ ਇਹ ਪੰਕਤੀਆਂ ਆਪਾਂ ਸਾਰੇ ਮਿਲ ਕੇ ਪੜ੍ਹੀਏ। ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਸਭ ਦੁੱਖ ਜਾਏ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿੱਥੇ ਮੈਂ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ, ਉੱਥੇ ਸਾਡੇ ਬਹੁਤ ਹੀ ਸਨਮਾਨਯੋਗ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿਕਾਰਯੋਗ ਜਥੇਦਾਰ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਜਿਹੜੇ ਭੋਗ ਦੇ ਸਮੇਂ ਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਔਰ ਅਰਦਾਸ ਵਿੱਚ ਹਾਜ਼ਰੀ ਭਰੀ। ਸਾਧ ਸੰਗਤ ਜੀ, ਜਦੋਂ ਵੀ ਸਤਿਗੁਰੂ ਸਾਹਿਬਾਨਾਂ ਦੇ ਗੁਰਪੁਰਬਾਂ ਦੇ ਸਮਾਗਮ ਹੋਣ ਤਾਂ ਪੰਥ ਦੇ ਹਰ ਆਗੂ ਨੂੰ, ਚਾਹੇ ਉਹ ਧਾਰਮਿਕ ਹੈ ਚਾਹੇ ਉਹ ਰਾਜਨੀਤਿਕ ਹੈ, ਉਹਨਾਂ ਨੂੰ ਸਤਿਗੁਰਾਂ ਦੇ ਘੱਟ ਤੋਂ ਘੱਟ ਗੁਰਪੁਰਬਾਂ ਦੇ ਸਮਾਗਮਾਂ ਵਿੱਚ ਜ਼ਰੂਰ ਇਸ ਤਰ੍ਹਾਂ ਹਾਜ਼ਰੀ ਭਰਨੀ ਚਾਹੀਦੀ ਹੈ, ਤਾਂ ਕਿ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਪ੍ਰਾਪਤ ਕਰ ਸਕੀਏ। ਸੋ ਮੈਂ ਪ੍ਰਧਾਨ ਸਾਹਿਬ ਜੀ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ, ਸਿੰਘ ਸਾਹਿਬ ਜੀ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ। ਸਰਦਾਰ ਅਮਰਜੀਤ ਸਿੰਘ ਜੀ ਚਾਵਲਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਾਸ ਉਹਨਾਂ ਦਾ ਉਚੇਚੇ ਤੌਰ 'ਤੇ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਪ੍ਰੇਰਨਾ ਦਿੱਤੀ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ 'ਤੇ ਹਾਜ਼ਰੀ ਭਰਨ ਵਾਸਤੇ। ਸੋ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਔਰ ਚਾਵਲਾ ਸਾਹਿਬ ਜੀ ਨੇ, ਮੈਂ ਇਹਨਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ। ਔਰ ਪਿਛਲੇ ਦਿਨਾਂ ਤੋਂ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਸੰਗਤਾਂ ਵਿੱਚ ਵਿਚਰ ਵਿਚਰ ਕੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ ਲਈ ਸੰਗਤਾਂ ਨੂੰ ਪ੍ਰੇਰਿਤ ਕਰਦੇ ਆ ਰਹੇ ਹਨ। ਅੱਜ ਤੁਸੀਂ ਵੇਖ ਰਹੇ ਹੋ ਹਜ਼ਾਰਾਂ ਦੀ ਗਿਣਤੀ ਦੇ ਸੰਗਤਾਂ ਦਾ ਇਕੱਠ ਸਤਿਗੁਰਾਂ ਦੇ ਪ੍ਰਕਾਸ਼ ਅਸਥਾਨ 'ਤੇ ਜੁੜਿਆ ਹੋਇਆ ਹੈ। ਸੋ ਮੈਂ ਭਾਈ ਅਮਰਜੀਤ ਸਿੰਘ ਜੀ ਚਾਵਲਾ ਸਾਹਿਬ ਦਾ, ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ, ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਜੀ, ਪ੍ਰਿੰਸੀਪਲ ਸਰਦਾਰ ਸੁਰਿੰਦਰ ਸਿੰਘ ਜੀ,
ਇਸੇ ਤਰ੍ਹਾਂ ਚਮਕੌਰ ਸਾਹਿਬ ਹਲਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਹੋਰ ਵੀ ਮੈਂਬਰ ਸਾਹਿਬਾਨ, ਇਸੇ ਤਰ੍ਹਾਂ ਸਤਿਕਾਰਯੋਗ ਗਿਆਨੀ ਕਨ੍ਹੱਈਆ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਹੁਸ਼ਿਆਰਪੁਰ ਤੋਂ ਸਵਾਮੀ ਜੀ ਮਹਾਂਪੁਰਖ ਸਾਧੂ ਰੂਪ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚੇ ਹੈ। ਜਿੰਨੇ ਵੀ ਵਿਦਵਾਨ ਮਹਾਂਪੁਰਖ ਆਏ ਸਭ ਦਾ ਹੀ ਹਾਰਦਿਕ ਤੌਰ 'ਤੇ ਬਹੁਤ ਬਹੁਤ ਧੰਨਵਾਦ। ਨੇਜਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਮਹਾਂਪੁਰਖ ਸੰਤ ਬਾਬਾ ਲਾਭ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਵਾਲੇ, ਜਿਨ੍ਹਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਸੇਵਾਵਾਂ ਹਨ ਸਾਧ ਸੰਗਤ ਜੀ, ਔਰ ਅੱਜ ਵੀ ਇਹਨਾਂ ਸਮਾਗਮਾਂ ਵਿੱਚ ਉਹਨਾਂ ਦੀ ਬਹੁਤ ਵੱਡੀ ਘਾਲਣਾ, ਔਰ ਉਹਨਾਂ ਵੱਲੋਂ ਬਾਬਾ ਭਲਵਾਨ ਜੀ ਇੱਥੇ ਸਾਰੀਆਂ ਸੇਵਾਵਾਂ ਲੰਗਰ ਵਿੱਚ ਕਰ ਰਹੇ ਹੈ। ਸੋ ਉਹਨਾਂ ਮਹਾਂਪੁਰਖਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪੀ ਟੀ ਸੀ ਚੈਨਲ 'ਤੇ ਸਾਰੀ ਦੁਨੀਆ ਵਿੱਚ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਇਹਨਾਂ ਸਮਾਗਮਾਂ ਦੇ ਦਰਸ਼ਨ ਕਰਾਏ ਜਾ ਰਹੇ ਆ। ਪੀ ਟੀ ਸੀ ਚੈਨਲ ਵਾਲੇ ਵੀਰਾਂ ਦਾ ਵੀ, ਇਸ ਅਦਾਰੇ ਦਾ, ਹੋਰ ਸਾਰੇ ਚੈਨਲਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਉਹ ਸੰਗਤ ਜੀ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਪ੍ਰੇਰਣਾ ਲੈ ਕੇ ਜਾਓ ਗੁਰਸਿੱਖਾਂ ਦੇ ਘਰ ਵਿੱਚ, ਜਿਨ੍ਹਾਂ ਦਾ ਜਨਮ ਹੋਇਆ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਨਸ਼ਿਆਂ ਦਾ ਤਿਆਗ ਕਰੋ, ਜਿਨ੍ਹਾਂ ਨੇ ਕੇਸ ਕਟਾਏ ਸਾਫ਼ ਕਸੂਰਤ ਕੇਸ ਰੱਖੋ, ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੋ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਆਪਣੀ ਹਾਜ਼ਰੀ ਪ੍ਰਵਾਨ ਕਰਨੀ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।